लो भाई जी आयानो कितना सारी संगत, उम्मीद करने ठीक होवोगे, वधिया होवोगे। बचिया खुचिया कंटेंट, बचा हुआ कंटेंट आ गया अपने, बचा हुआ कंटेंट आया बड़े दिनों बाद, बाबा चिर बाद आया है। चलो लगते रहने से सर्च कर दे कि आउन नहीं अड़िया, आ गया आज ते। चलो जी वेखदे हां आपा, वेखिए पहले रिस्पेक्टेड लेडीज जोरदार तालियों से स्वागत कीजिए मिस्टर एनटीआर ਪੰਜਾਬੀ ਬੋਲਨੇ ਆ ਤੇ ਅਸੀਂ ਉਹੀ ਲਫ਼ਜ਼ ਯੂਜ਼ ਕਰਾਂਗੇ ਨਾ। ਹੁਣ ਆਪਾਂ ਅੱਜ ਤੋਂ ਬਾਅਦ ਰਿਸਪੈਕਟਡ ਲੇਡੀਜ਼ ਕਿਹਾ ਕਰਨਾ ਹੈ ਨਾ, ਕਿਉਂਕਿ ਸ਼ਾਇਦ ਉਹ ਅੰਗਰੇਜ਼ ਹੋਵੇ, ਹੈ ਤੇ ਉਹ ਗਿੱਲ, ਕੋਈ ਗਿੱਲ ਹੈ ਲੇਕਿਨ ਉਹਨੂੰ ਪਤਾ ਨੀ ਕੀ ਹੋਇਆ ਮਸਲਾ। ਉਹ ਕਹਿੰਦਾ ਤੁਸੀਂ ਬੁੜੀਆਂ ਜਾਂ ਔਰਤਾਂ ਕਿਉਂ ਕਹਿੰਦੇ ਹੋ, ਅੱਛਾ ਤੁਸੀਂ ਰਿਸਪੈਕਟਡ ਵਾਲਾ ਲਫ਼ਜ਼ ਯੂਜ਼ ਕਰਿਆ ਕਰੋ ਉਹਨਾਂ ਨਾਲ। ਉਹਨੇ ਨਹੀਂ ਕਿਹਾ ਲੇਕਿਨ ਮੈਂ ਮਹਿਲਾਵਾਂ ਕੀ ਹੈ ਮਹਿਲਾਵਾਂ, ਹਾਂ ਕੋਈ ਲਫ਼ਜ਼ ਨਾਲ ਬਹੁਤ ਇੱਜ਼ਤ ਵਾਲਾ ਆਪਾਂ ਯਾਦ ਕਰਨੇ ਆ ਜਿਹੜਾ ਆਪਾਂ ਇਹਨਾਂ ਨੂੰ ਕਹਿ ਸਕੀਏ। ਹੁਣ ਆਪਾਂ ਕਹਿੰਦੇ ਯਾਰ ਸਾਡੀਆਂ ਬੁੜੀਆਂ ਨੇ, ਸਾਡੀਆਂ ਬੁੜੀਆਂ ਨੇ, ਅਸੀਂ ਇਹੀ ਕਵਾਂਗੇ ਨਾ, ਜਾਂ ਸਾਡੀਆਂ ਬੀਵੀਆਂ ਨੇ, ਸਾਡੀਆਂ ਭਾਈਜਾਨ ਜਨਾਨੀਆਂ ਨੇ, ਕੀ ਆ ਕੀ ਬੜੀ ਲਫ਼ਜ਼ ਪੰਜਾਬੀ ਲਫ਼ਜ਼ ਆਪਾਂ ਯੂਜ਼ ਕਰਨੇ ਨੇ ਨਾ। ਚੜ੍ਹਦੇ ਪੰਜਾਬ ਚ ਕੀ ਆਉਂਦੇ ਨੇ ਪਤਾ ਨਹੀਂ ਕੀ ਕਮੈਂਟ ਕਰਕੇ ਟੀਵੀਆਂ 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 ਅਸੀਂ ਨਹੀਂ ਸੁਣਿਆ, ਸਾਨੂੰ ਨਹੀਂ ਪਤਾ। ਇਹ ਵੀ ਵਰਡ ਯੂਜ਼ ਹੁੰਦਾ ਕਈ ਵਿੱਚ ਕਰ ਦਿੰਦੇ ਨੇ ਮੁਖਤਲਫ ਮਤਲਬ ਬੋਲੀ ਦੇ ਹਿਸਾਬ ਨਾਲ ਹੈ ਕਿ ਕਈ ਇਲਾਕਿਆਂ ਦਾ ਐਕਸੈਂਟ ਜਿਹੜਾ ਡਿਫਰੈਂਟ ਹੁੰਦਾ, ਪ੍ਰੋਨਾਂਸੀਏਸ਼ਨ ਡਿਫਰੈਂਟ, ਉੱਥੇ ਫਿਰ ਵਰਡ ਵੀ ਡਿਫਰੈਂਟ ਹੁੰਦੇ ਨੇ। ਅਤੇ ਉਹ ਵੈਸੇ ਆਪਾਂ ਤਾਂ ਬੇਗਮ ਉਰਦੂ ਦਾ ਲਫ਼ਜ਼ ਹੋ ਜਾਂਦਾ, ਵਾਈਫ ਇੰਗਲਿਸ਼ ਦਾ ਹੋ ਜਾਂਦਾ, ਅਤੇ ਬੁੱਢੀ ਸਿੱਧਾ ਲਫ਼ਜ਼ ਪੰਜਾਬੀ ਦਾ ਤਾਂ ਬੁੱਢੀ ਹੈ ਭਾਈ, ਬੁੱਢੀ ਮਾਈਆਂ ਤਾਂ ਜਦੋਂ ਲੜਦੀਆਂ ਨੇ ਤੇਰੀ ਬੁੱਢੀ ਐਂ ਜਵੇ ਤੇਰੀ ਬੁੱਢੀ ਐਂ, ਅਸੀਂ ਤਾਂ ਬੁੱਢੀ ਸੁਣਿਆ, ਅਸੀਂ ਤਾਂ ਇਹੀ ਸੁਣਿਆ ਯਾਰ। ਸਾਨੂੰ ਤਾਂ ਇਹ ਪਤਾ ਸਾਡੀਆਂ ਜਿਹੜੀਆਂ ਪੰਜਾਬੀ ਮਾਵਾਂ ਅਤੇ ਮਾਸੀਆਂ ਅਤੇ ਫੁੱਫੀਆਂ ਲੜਦੀਆਂ, ਅਸੀਂ ਉਹਨਾਂ ਨੂੰ ਬੁੱਢੀਆਂ ਹੀ ਆਖਦੇ ਹਾਂ, ਸੁਣਿਆ ਮੈਂ ਫਲਾਣੇ ਦੀ ਬੁੱਢੀ ਐਂ, ਜੋ ਉਹਦੀ ਬੁੱਢੀ ਵੇਖੀ ਉਹਦੀ ਬੁੱਢੀ, ਅਤੇ ਹੁਣ ਅਸੀਂ ਇਸ ਤੋਂ ਇਲਾਵਾ ਕਿਹੜਾ ਵਰਡ ਹੋਰ ਕਰ ਲਈਏ, ਦੱਸੋ ਕੋਈ ਡਿਕਸ਼ਨਰੀ ਵਿੱਚੋਂ ਕੱਢੋ। ਅੱਛਾ ਉਹ ਭਾਈ ਵਾਹ ਵਾਹੀ ਸੜਿਆ ਸੀ ਨਾ, ਗੱਲਾਂ ਐਵੇਂ ਕਰਦਾ ਰਿਹਾ ਨਾ। ਚਲੋ ਕੋਈ ਨਹੀਂ, ਅੱਛਾ ਕਹਿੰਦਾ ਤੁਹਾਨੂੰ ਤਮੀਜ਼ ਕੋਈ ਨਹੀਂ, ਤੁਸੀਂ ਵਿੱਚ ਨਾ ਬੋਲਿਆ ਕਰੋ, ਤੁਸੀਂ ਵਿੱਚ ਬਹੁਤ ਬੋਲਦੇ ਹੋ, ਤੁਹਾਨੂੰ ਤਮੀਜ਼ ਹੀ ਕੋਈ ਨਹੀਂ ਪਾਕਿਸਤਾਨੀਆਂ ਨੂੰ, ਯਾਰ ਸਾਨੂੰ ਤਮੀਜ਼ ਲਾਜ਼ਮੀ ਸਿਖਾ। ਕਿਹੜਾ ਸੀ ਪਤਾ ਨਹੀਂ, ਮੈਨੂੰ ਬੜੀ ਤਾਪ ਚੜੀ ਹੋਵੇ, ਕਿਹੜਾ ਗਿੱਲ ਸੀ ਪਤਾ ਨਹੀਂ ਕਿਹੜਾ, ਕੋਈ ਗੈਰੀ ਚਲੋ ਯਾਰ ਜਿਹੜਾ ਵੀ ਗਿੱਲ ਸੀ। ਅਤੇ ਬਾਕੀ ਇਹ ਹੈ ਕਿ ਵੀਡੀਓ ਦੇ ਵਿੱਚ ਹੁਣ ਕੀ ਮੂੰਹ ਦੇ ਬੰਦਾ ਟੇਪ ਲਾ ਕੇ ਬਹਿ ਨਹੀਂ ਸਕਦਾ, ਕੋਈ ਨਾ ਕੋਈ ਚੀਜ਼ ਤੋਂ ਕੋਈ ਨਾ ਕੋਈ ਚੀਜ਼ ਯਾਦ ਆ ਜਾਂਦੀ ਹੈ ਬੰਦੇ ਨੂੰ, ਬੰਦੇ ਨੂੰ ਹਾਸਾ ਵੀ ਆ ਜਾਂਦਾ ਬੰਦੇ ਨੂੰ। ਹੁਣ ਇਹਦੇ ਨਹੀਂ ਕਿ ਅਸੀਂ ਪੂਰਾ ਕੀ ਨਾਮ ਹੈ ਕਪਲ ਦਾ ਸ਼ੋਅ ਵੇਖ ਲਈਏ, ਮੂੰਹ ਤੇ ਟੇਪਾਂ ਲਾਈਏ, ਟੇਪਾਂ ਲਾ ਕੇ ਤੇ ਬਾਅਦ ਦੇ ਵਿੱਚ ਅਸੀਂ ਆ ਕੇ ਤੇ ਉਹ ਪੁਰਾਣੀਆਂ ਗੱਲਾਂ ਯਾਰ ਕਪਲ ਨੇ ਉਹ ਆਖੇ ਹੱਸੋ, ਹੁਣ ਬਹਿ ਕੇ ਅਸੀਂ ਮੌਕੇ ਤੇ ਹੱਸਣਾ ਹੁੰਦਾ, ਹੁਣ ਚੌਕਾ ਛੱਕਾ ਲੱਗਦਾ ਤੇ ਮੌਕੇ ਤੇ ਖੁਸ਼ ਹੋਈਦਾ, ਆਪਣੇ ਭਰਾਵਾਂ ਦਾ ਕਿ ਉਹ ਆਂਦੇ ਨੇ ਯਾਰ ਵਿੱਚ ਬੋਲਦੇ ਹੋ ਤੇ ਕੋਈ ਪੁਆਇੰਟ ਮਿਸ ਹੋ ਜਾਂਦਾ, ਅਸੀਂ ਮਿਸ ਕੁਝ ਨਹੀਂ ਕਰਦੇ, ਅਸੀਂ ਇੱਕ ਇੱਕ ਚੀਜ਼ ਨੋਟ ਕਰ ਰਹੇ ਹੁੰਦੇ ਆ ਕਿ ਕਿਹਾ ਜਾਣ ਡਿਆ। ਤੇ ਬਾਕੀ ਇਹ ਹੈ ਅਕਸਰ ਅਸੀਂ ਵੀਡੀਓ ਸਟਾਪ ਕਰ ਦਈ ਦੀ ਹੈ, ਹਾਂ ਅਕਸਰ ਪੌਜ਼ ਕਰਕੇ ਵੀਡੀਓ ਗੱਲ ਕਰੀ ਦੀ ਹੈ, ਵੀਡੀਓ ਚੱਲਦੀ ਰਹੇ ਤੇ ਗੱਲ ਹੋ ਵੀ ਨਹੀਂ ਸਕਦੀ। ਚਲੋ ਬਾਕੀ ਕਰੀਏ ਪਲੇ ਹੁਣ, ਚਲੋ ਇਜਾਜ਼ਤ। ਬਾਕੀ ਦਵਾਈ ਜਿਹੜੀ ਹੈ ਮੇਰੇ ਖਿਆਲ ਕੌੜੀ ਥੋੜੀ ਜਿਹੀ ਹੋਣੀ ਹੈ, ਪਰ ਇਹ ਹੈ ਕਿ ਇਹਦੇ ਨਾਲ ਫਰਕ ਜ਼ਰੂਰ ਪਏਗਾ। ਪਰਸਨਲੀ ਆਈ ਮਸਟ ਕੰਪਲੀਮੈਂਟ ਯੂ, ਮਤਲਬ ਆਪ ਅਕੇਲੀ ਵਾਹਿਦ ਇੱਕ ਐਕਟਰੈਸ ਹੈ ਪ੍ਰਿਥਵੀਰਾਜ ਕਪੂਰ ਸਾਹਿਬ ਸੇ ਲੈ ਕੇ ਇਬਰਾਹਿਮ ਤੱਕ ਇਹਨਾਂ ਸਭਕੇ ਸਾਥ ਕਾਮ ਕੀਆ ਹੈ। Never take his compliments seriously. I know, that's why I said, na, sabki lete hain. Dusron ki biwiyon ke saath? He's always. Gareeb aadmi shaniwar ke shaniwar bhi na kare. Shree Devi ji ko, ek bar main unko marriage mein mila tha, gym mein. Aap kya kar rahe the gym mein? Agar kisi ki shaadi hui hai, ek jodi mein, agar ek इंसान नॉर्थ से और दूसरा साउथ से, उनमें कभी झगड़ा नहीं होता, बीबी गुस्से में कुछ भी बोलती रहे आदमी को पता नहीं चलता कि बोल क्या रही है, उसको लगता है अपनी माँ से बात नहीं हुई इसलिए कुछ भी बड़बड़ा रही है, उसको तब पता चलता है जब कोई चीज उठा के मारती वो, तब उसको पता चलता है ओहो मेरे से नाराज है। फिर भले ही फरवरी 8 महीने बाद आने वाला हो, ये उसी दिन रोज डे, चॉकलेट डे, टैडी डे, हग डे मना लेता है। ये बात अलग है कि वैलेंटाइन डे आते आते इनका चिल्ड्रन डे आ जाता है। RRR में सर आपको पता है सारे जो जानवर थे ना वो ब्रेक में बात कर रहे थे। उस यूनिट में एक भालू था जो देहरादून से था,
तो वो कह रहा था कि नॉर्मली हम एक दूसरे की टेरिटरी में जाते नहीं, पर क्योंकि कहते पैन इंडिया फिल्में बन रही तो हमारी भी कहते आजकल कोलैबोरेशन हो गई है, तो मजा आया। मैं आपकी बात नहीं कर रहा, देहरादून में आप ही थोड़ी रहती थी। सर सर ज्यादा वैसे नॉर्मल एकदम कैजुअल रहना पसंद है ना? यस, कि जितना रिलैक्स हो सके, है ना? या यू वेयर दोस कुर्तास एंड पजामास व्हिच आर सो, और गर्मी में यू नो डेफिनेटली या लुंगी लुंगी या लुंगी आल्सो आई गॉट अ लुंगी फ्रॉम प्रोग्राम। सब लुंगी पहन रहे थे देवा में, तो वो बहुत अच्छा था। पंजाब में भी बहुत लुंगी पहनते, लाचा बोलते हैं उसको वहां पे। हां तहमत भी बोलते हैं ना, तहमत तहमत भी बोलते हैं पुराने बुजुर्ग जो आपके। चुप कर। बट ऑल्सो अर्चनाजी आई मस्ट कॉम्प्लीमेंट यू, मतलब आप अकेली वाहिद एक एक्ट्रेस हैं पृथ्वीराज कपूर साहब से लेके इब्राहिम तक इन्होंने। हुण वही गल आ गई ना जे बुढ़िया का, मतलब के एक चीज है कि हुण असीं की आखिए। अच्छा धोती भी आ गया, वीडियो खत्म होने तो बाद धोती आखिए, लाचा आखिए, तहमद आखिए, ते लुंगी आखिए, होर की आखदे ने चादर भी आंदे ने, चादर भी यूज हुंदा है, चादर भी करदे ने। ते हुण की वर्ड फिर दस दो, तुसी दसो। इना वास्ते भी एवें ही है कि मल्टीपल वर्ड यूज हुंदे ने। बुढ़ी भी एक रब दा जी है, उहदे नाल कराइए काम ते हुंदा की है। हैं ओ तुसी शायद फिर ओ नज़म नहीं की सुनी। हां ते बाकी ए है कि अपनी जिहड़ी जबान है पंजाबी, जिहदे तुसी पंजाबी हो ते फिर बहुत वाइल्ड है। इहदे विच इहो जिहे वर्ड ने कि हर वर्ड दे दो तीन मतलब ने। ठीक है ते हां ते समझदे गए होवोगे। चलो फिर अगे वीडियो हुण पूरी कर ली, वीडियो पूरी वेखने आ, उस तो बाद फिर दवाई तुहानू थोड़ी जिही होर दांगे। सबके साथ काम किया है। सच्चे लॉन्ग जर्नी, आई एम रियली प्राउड ऑफ यू। Compliment seriously because जैसे मैं smile करती हूँ thank you तो एक punchline मार दो। I know that's why I said ना सबकी लेते हैं। सबकी लेते हैं सबकी लेते हैं। अच्छा ये Netflix से बोल सकते हैं sir? Does it get bothersome sir the pap culture जो आजकल पहले नहीं था, you know you worked in films जब पहले नहीं था लेकिन अब है। I think जमाना बदल गया है। मुझे एक पहले लगता था कि मतलब थोड़ी स्टार्डम भी मार खाती है, यू नो, कि कभी आप पजामा में या नॉर्मल कपड़ों में दिख जाओ, और कभी भी मतलब इतनी एक्सपोजर हो जाती है, ओवर एक्सपोजर हो जाती है कि लेकिन थोड़ी एक्साइटमेंट स्टार्स को देख के थोड़ा कम हो जाता है मेरे हिसाब से। तो आई फाइंड इट अ लिटिल बिट टू मच समटाइम्स, घर के सामने बच्चों के साथ। आपके यहाँ होता है ऐसा आपके बच्चों के साथ? आई थिंक इट्स जस्ट द पार्ट एंड पार्सल ऑफ द होल गेम, इट्स पार्ट ऑफ इट, यू कांट रियली। बट मेरा तो ये टेंशन है कि अजीब गरीब पोजीशन में अगर उनको फोटो मिल गया तो अच्छा नहीं रहेगा कि ऐसा है और कहीं से मिल गया और ऐसा। बट बेस्ट फोटोज तो वो है। श्रीदेवी जी को जितना फिल्मों में देखा है, हर तरह के किरदार किए हैं। मैं बीइंग ए फैन, मेरे से सर मैं हमेशा जब भी जानवी आते हैं हम लोग वैसे भी उनको याद करते हैं। आई रिमेम्बर एक बार मैं उनको मैरिड में मिला था, अब पता नहीं आप थी या खुशी बहुत आप थी, अब समय आप बहुत छोटी थी, और मैं ना एकदम देख के उनको बखला गया। मैंने कहा अरे श्रीदेवी जी कैसी हैं? उन्होंने बोला अरे अरे। तो उन्होंने सामने यश चोपड़ा जी की वाइफ थी पामेला जी, बोलते हैं पामेला जी। मैंने कहा अच्छा अच्छा आपको, मैंने कहा अच्छा। दूसरी बार मुझे फिर मैरिट में मिली जिम में, लेकिन इतना फर्क था, नॉर्मली जब बैठी तो शांत इतनी, और कोई कह नहीं सकता था कि ये वही श्रीदेवी जी हैं, पर्दे पर कमाल करती हैं। आप क्या कर रहे थे जिम में? हैं? वाओ सर। जैसे हम कभी साउथ में जाएं या चावल रसम खाएं, उसको जब तक हम मिक्स करके अच्छे से हाथों से नहीं खाते मजा नहीं आता। बिल्कुल। इंडियन फूड हर जगह अवेलेबल है, आप बाहर जाते होंगे वो तो मिल जाता होगा, लेकिन बाहर जब आप कभी शूट करते हैं तो चावल रसम को खाने के लिए आप छुरी काटा मंगाते हैं या अपने ट्रेडिशनल स्टाइल से खाते हैं? मैं बस चावल तो खाता नहीं हूं मैं। अच्छा। जब हम बाहर जाते हैं तो एक कल्चर को अगर हमको एक्सपीरियंस करना है वो सिर्फ खाने के साथ होता है, तो मुझे जितना हो सके उतना मैं एक्सपेरिमेंट करने के लिए ट्राई करता हूँ सर, कि वहाँ का लोकल क्विजीन खाऊं मैं। आप कैसे खाते हैं सर पिज्जा को, छुरी के साथ या नहीं? तो या नहीं, नहीं सर सीधा ही वैसे ही। जहाँ तक आगे से शार्प होता है ना ऐसे, जी सर, तो जितना अंदर जाता है जहाँ तक कितना अपना जो विड्थ है। जैसे आप चुरसे अमीर हैं, आई मीन
आप नवाबों की फैमिली से हैं तो आप पराठा जो पराठे की तरह खाते हैं या स्मूदी बना के खाते हैं? तो मैं पराठा खाता नहीं। अच्छा खाते नहीं आप? नहीं। ओके। डाइट कर रहा हूँ। So what do you eat then? Gluten free bread. Oh no! Oh my God, yeah. Saif, तुम कब से ऐसे बन गए यार? पहले तो नहीं थे? नहीं, मैंने एक ब्लड टेस्ट किया, एक एलर्जी टेस्ट, और उससे पता चला कि मुझे दूध नहीं पीना चाहिए और ब्रेड नहीं खाना चाहिए। ये सब फालतू के एलर्जी टेस्ट होते हैं, हम सब इतने सदियों से दूध मैदा वैदा सब बच्चों, जब बड़े हो जाते हैं दूध नहीं पीनी चाहिए, बच्चों को पीनी चाहिए। हाँ, मैं अभी पीती हूँ। That was a good one. जैसे अर्चना जी ने भी टेस्ट कराया ना सर, तो इनके ब्लड में निकला कि आप अपना बिल खुद दिया करें। सर कहीं सुनी बातें होती हैं, कहीं हम नहीं मानते, लेकिन जब स्टार्स हमारे सामने होते हैं तो हम पूछ लेते हैं ताकि अफवाह को हम ज्यादा तवज्जो ना ही दें। क्लैरिफाई सर, आपके बारे में ऐसा सुना है कि एक समय था जब आपके सपने में हीरोइन की जगह सरोज खान जी आती थी। काफी काम किया सरोज जी मास्टर जी के साथ हमने, तो आया होगा कभी, पता नहीं। एक बार और कहूँ, मैं इतनी अच्छी खूबसूरत कोरियोग्राफर थी सरोज जी, बेस्ट है, इतनी पोएट्री लाती थी गानों में, आपकी माँ के साथ मशहूर गाने कर चुके हैं। हमारी फिल्म की जो अभी हाल ही में रिलीज हुई गाना दाऊदी करके, वो शूट के दौरान एनटीआर सर के बैक में बहुत पेन था। व्हाट यू वर इंजर्ड और समथिंग? नो, इट वाज माय ग्रोइन रीजन, इट वाज द हिप और समथिंग, और उसके बावजूद बहुत हेक्टिक और मुश्किल डांस था, तो टेक्स के बीच में ऑफ कोर्स बहुत पेन में थे, लेकिन आई डोंट थिंक एक्शन के बाद बिल्कुल पता चलता था। मुझे ये नहीं पता चल रहा है कि मेरी तारीफ कर रहे हैं या बोल रहे हैं कि मैं बूढ़ा हो गया। नहीं नहीं, ऑफ कोर्स तारीफ कर रही हूं, तारीफ ही लगाना, ऑफ कोर्स तारीफ कर रही हूं, क्योंकि ये 6 साल के बाद मेरा सोलो रिलीज है, बीच में आरआरआर था, इट वाज एनसेंबल का, टू ऑफ अस, इसमें हमने डबल रोल करके कसर पूरी कर ली। आई रियली फील दैट वे अबाउट सर, नॉट जस्ट बिकॉज जब कैमरा ऑन होता है तो वो जो मैजिक करता है, उसके अलावा भी आई हैव सीन हिम, जैसे कि आपने कहा था थाईलैंड में विथ हिज फैमिली एंड द वे ही इज विथ हिज किड्स एंड जस्ट हिज फैमिली, आई really look up to him, I think, for many reasons. हम भी अपने अपने kids के साथ अच्छे हैं यार। अच्छा, आप वो अच्छे अपने kids के साथ? मैं को बड़ा मजा आता था। हाँ, मुझे भी। तभी तो मेरे back to back 2 हुए अभी। हाँ। दूसरों की बीवियों के साथ और अपने बच्चों के साथ, he is always good combination. सर ऐसे बदनाम करती हूँ तो ऑन कैमरा ऐसे कभी कभी को भी छोड़ दिया मैंने, अब नहीं करता हूँ मैं। देखो, कहीं नहीं छोड़ा तूने, अभी सुना है आप, अभी हर देखा हफ्ते तू फ्लर्ट करता है, आज तूने जानने के, गरीब आदमी शनिवार के शनिवार भी ना करे। एंटी सर, आपके इस बारे में सुनने में आया कि जब से आपको यंग टाइगर का टाइटल मिला है, आपने अपने घर के बाहर बोर्ड लगवाया है, बिवेयर ऑफ टाइगर। अरे ये बकवास कौन बोल रहा है? कौन बोल रहा है भाई? यानी आपको नारियल पानी पीने से डर लगता है क्योंकि किसी ने नारियल पानी में आपको वोडका मिला के पिलाई थी, इज इट ट्रू? ये कौन, कहां से मिल रहा है आपको ये फैक्ट? देखो मैंने बताया, वी हैव अ लॉन्ग टीम, वेरी बिग टीम, सुबेरे तक ऐसे सवाल। नारियल पानी और वोडका के बारे में काफी सुना है मैंने, ये प्रॉपर ड्रिंक है। नहीं, आपके रिसर्चर है कौन, उनको स्क्रिप्ट राइटर बनना चाहिए। जैसे ही आपने पूछा वो भाग गया, इधर ही था कहीं। नहीं, मुझे तो लग रहा है खुद आप ही ऐसे रिसर्च करने वाले और क्वेश्चंस भी पूछने वाले। सर मान गए आपकी पार्क की नजर को। दोस्तों, नॉर्थ से लेके साउथ तक ढेरों भाषाएं हैं, मगर एक हंसी ऐसी है जिसकी कोई भाषा नहीं होती, बस आपके मुस्कुराने की देर है, कोई भी आपका हो सकता है। तो हंसिए हंसाइए और देखते रहिए हर शनिवार द ग्रेट इंडियन कपिल शो। गुड नाइट, शब आप। ओके, बिल्कुल। हाँ जी बोलिए, इजाजत गिल साहब, इजाजत दियो फिर। गिल साहब हुण मेरा ख्याल कोई कमेंट ची दसणगे कि दस्या ते, लेकिन डोज वापस तुसन दे दित्ती है। नहीं, डोज की गल नहीं, प्यार है एक चीज है, असी भी साढ़े वीवर ने, असी भी रिस्पैक्ट करने हैं उन्होंने, सानू वेखते हैं उन्होंने जिहड़ी चीज़ नहीं चंगी लगती कि यार इंज नहीं, इंज करो तुसी, उन्होंने हक है सर, सारे कमेंट्स का हक है, मैं ये कहना वा कि, लेकिन जो ये कुछ चीज़ा हर्ट कर दी ने, जो ये बंदे कहें कि यार पाकिस्तानी जड़े उन्होंने तमीज़ कोई नहीं,
कम्यूनिटी जिहड़ी है रिस्पेक्ट करन वाली सब तो दुनिया दी बेस्ट केड़ी है ते मैं कहंगा सिख कम्यूनिटी नंबर 1 ते इन्हां दे उत्ते कोई रिस्पेक्ट नहीं कर सकता नो डाउट यार असी साढ़े दूसरे चैनल मतलब विलॉगिंग चैनल भी होर चैनल सानू पाकिस्तानियों के कॉमेंट भी आते हैं असी टिकटॉक ते इधर उधर वीडियो जो पाने उत्थे भी सानू पाकिस्तानियों के भी कमेंट आते हैं सानू पता है कि उन्होंने माइंडसैट की है असी कहने कि यार बहुत ही तुसी ना गलीज इंसान हो मतलब जेडे कमेंट करते हैं ठीक है लेकिन यह है कि वेखो कि अज तक नहीं गा कोई इवें का गलत कमेंट आया अपने भरावां वालों ਕਿ ਫੈਮਲੀਆਂ ਦੇ ਨਾਲ ਆਦੇ ਭੈਣ ਜੀ ਤੋਂ ਬਗੈਰ ਉਹ ਨਹੀਂ ਕਮੈਂਟ ਕਰਦੇ ਸਰ ਜੇ ਉਹਨਾਂ ਨਾਲ ਗੱਲ ਕਰ ਰਹੇ ਆ ਤੇ ਉਹ ਵੀ ਭੈਣ ਜੀ ਤੋਂ ਇਲਾਵਾ ਕਮੈਂਟ ਨਹੀਂ ਕਰ ਇੰਨੀ ਰਿਸਪੈਕਟ ਜਿਹੜਾ ਕੌਮ ਦਿੰਦੀ ਹੋਵੇ ਜਿਹੜੇ ਲੋਕ ਦਿੰਦੇ ਹੋਣ ਤੇ ਸਰ ਅਸੀਂ ਤੇ ਆਪਣੇ ਦੋਸਤਾਂ ਵਿੱਚ ਜਿਨ੍ਹਾਂ ਨੇ ਸਾਨੂੰ ਚੈਨਲ ਦਾ ਨਹੀਂ ਪਤਾ ਜਾਂ ਸਿੱਖਾਂ ਨੂੰ ਨਹੀਂ ਜਾਣਦੇ ਆਪਣੇ ਵੀਰਿਆਂ ਨੂੰ ਅਸੀਂ ਉਹਨਾਂ 'ਚ ਬਹਿ ਕੇ ਤਾਰੀਫ ਕਰੀਦੀ ਕਿ ਯਾਰ ਇਸ ਤੋਂ ਅੱਛੀ ਕਮਿਊਨਿਟੀ ਕੋਈ ਨਹੀਂ ਬਿਲਕੁਲ ਤੇ ਜਿੰਨੀ ਰਿਸਪੈਕਟ ਇਹ ਦਿੰਦੇ ਨੇ ਕੋਈ ਬੰਦਾ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਕੋਈ ਇਹਦੇ ਵਿੱਚ ਕੋਈ ਸ਼ੱਕ ਕੋਈ ਸ਼ੱਕ ਨਹੀਂ ਨੋ ਡਾਊਟ ਬਾਕੀ ਇਹ ਹੈ ਕਿ ਵੀਰੇ ਗਿੱਲ ਸਾਹਿਬ ਗੁੱਸਾ ਨਾ ਕਰਿਓ ਜੇ ਤੁਹਾਨੂੰ ਗੁੱਸਾ ਲੱਗਾ ਹੋਵੇ ਸ਼ੁਭਰ ਲੱਗੇ ਸਾਂ ਗੱਲ ਇਹ ਹੈ ਕਿ ਬੁੱਢੀ ਵਰਡ ਮੈਂ ਤਾਂ ਕਮੈਂਟ ਨਹੀਂ ਪੜਿਆ ਬਾਜਵਾ ਸਾਹਿਬ ਨੇ ਪੜਿਆ ਮੈਂ ਕਮੈਂਟ ਡਿਟੇਲ ਜੇ ਪੜਾਂਗਾ ਤਾਂ ਮੈਨੂੰ ਪਤਾ ਹੋਏਗਾ ਕਿ ਕੀ ਕਮੈਂਟ ਹੈ ਅਤੇ ਕੀ ਗੱਲਬਾਤ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਲੇਕਿਨ ਇਹ ਹੈ ਕਿ ਅਸੀਂ ਇੱਧਰ ਲੈਂਦੇ ਪੰਜਾਬ ਦੇ ਵਿੱਚ ਅਤੇ ਉਰਦੂ ਵਿੱਚ ਜੇ ਆਖੋਗੇ ਤਾਂ ਬੇਗਮ ਹੀ ਅਸੀਂ ਆਉਂਦੇ ਹਾਂ ਕਿ ਬੇਗਮ ਕੀ ਕਰਨ ਰਹੀ ਮਤਲਬ ਬੇਗਮ ਕੀ ਕਰ ਰਹੀ ਬੇਗਮ ਹੈ ਠੀਕ ਹੈ ਬਾਕੀ ਇਹ ਹੈ ਕਿ ਉਸ ਤੋਂ ਇਲਾਵਾ ਅਧਿਆਤਾਂ 'ਚ ਬੋਲਿਆ ਜਾਂਦਾ ਹੈ ਬੁੱਢੀ ਜਿਹੜਾ ਵਰਡ ਹੈ ਯੂਜ਼ ਹੁੰਦਾ ਪੰਜਾਬੀ ਦਾ ਵਰਡ ਹੈ ਕੋਈ ਉਹ ਕੋਈ ਐਡਾ ਔਕਵਰਡ ਜਾਂ ਉਹ ਨਿਗਾ ਹੈ ਵਰਡ ਕਿ ਬੰਦਾ ਆਖੇ ਕਿ ਯਾਰ ਹੈ ਬਹੁਤ ਗਲਤ ਵਰਡ ਹੈ ਇਹ ਆਪਣੀ ਮਾਂ ਬੋਲੀ ਦਾ ਵਰਡ ਹੈ ਬੁੱਢੀ ਜਿਹੜਾ ਅਤੇ ਕਈ ਮਾਂ ਨੂੰ ਬੁੱਢੀ ਕਹਿੰਦੇ ਨੇ ਮਾਂ ਨੂੰ ਵੀ ਕਹਿੰਦੇ ਨੇ ਬੁੱਢੀ ਐਕਚੁਲੀ ਪਤਾ ਨਹੀਂ ਹੁਣ ਉਹ ਕਿਸ ਜ਼ਮਰੇ 'ਚ ਸਮਝ ਰਹੇ ਨੇ ਕਿ ਲੇਕਿਨ ਇਹ ਹੈ ਕਿ ਬੇਗਮ ਕਹਾਂਗੇ ਤੇ ਫਿਰ ਉਰਦੂ ਚਲਾ ਜਾਂਦਾ ਬੇਗਮ ਪੰਜਾਬੀ ਦਾ ਨਹੀਂ ਵਰਡ ਹੈ ਹਾਂ ਜਦੋਂ ਅਸੀਂ ਉਰਦੂ ਬੋਲਾਂਗੇ ਫਿਰ ਅਸੀਂ ਬੇਗਮ ਵੀ ਕਹਿ ਸਕਦੇ ਹਾਂ ਬੇਗਮ ਫਿਰ ਬੇਗਮ ਯੂਜ਼ ਹੋਏਗਾ ਜਾਂ ਮਿਸਿਸ ਕਹਿ ਲਓ ਤੁਸੀਂ ਉਹ ਫਿਰ ਇੰਗਲਿਸ਼ ਚਲਾ ਜਾਏਗਾ ਮਿਸਿਸ ਜਿਹੜਾ ਬਾਕੀ ਪੰਜਾਬੀ ਦੇ ਵਰਡ ਦੇ ਵਿੱਚ ਤੇ ਇਹੀ ਮੈਨੂੰ ਗੱਲ ਯਾਦ ਆ ਗਈ ਆ ਇਹਨਾਂ ਨੇ ਨਾ ਮੈਨੂੰ ਕਦੀ ਵੀ ਮੇਰਾ ਨਾਮ ਨਹੀਂ ਲਿਆ ਘਰ 'ਚ ਮੈਨੂੰ ਆਵਾਜ਼ ਦੇਣ ਲੱਗਿਆ ਵੀ ਨਹੀਂ ਨਾਮ ਲਿਆ ਮੇਰਾ ਕਦੀ ਹਮੇਸ਼ਾ ਹੀ ਕਰਦੇ ਹੈਲੋ ਗੱਲ ਸੁਣ ਹੈਲੋ ਹੈਲੋ ਵੀ ਇੱਕ ਵਰਡ ਹੈ ਬੇਗਮ ਕਹਿ ਸਕਦੇ ਹੋ ਹੈਲੋ ਕੱਲ ਪਰਸੋਂ ਨਾ ਇਹਨਾਂ ਨੇ ਉਹ ਫੋਨ ਆਇਆ ਤੇ ਮੈਨੂੰ ਮੈਡਮ ਦਾ ਸੀ ਫਿਰ ਜਿਵੇਂ ਮੈਂ ਅਟੈਂਡ ਇਹਨਾਂ ਨੇ ਅਟੈਂਡ ਕੀਤਾ ਤੇ ਇਹਨਾਂ ਨੇ ਹੁਣ ਹੈਲੋ ਤੇ ਨਹੀਂ ਸੀ ਕਹਿਣਾ ਮੈਡਮ ਦੇ ਸਾਹਮਣੇ ਮੇਰਾ ਫੋਨ ਪੜਾ ਕੇ ਮੇਰਾ ਨਾਮ ਆਵਾਜ਼ ਦਿੱਤੀ ਤੇ ਉਹ ਨਾਇਆ ਹੈਰਾਨ ਮੰਮਾ ਬਾਬਾ ਨੇ ਤੁਹਾਡਾ ਨਾਮ ਲਿਆ ਮੰਮਾ ਬਾਬਾ ਨੇ ਅੱਜ ਤੁਹਾਡਾ ਨਾਮ ਲਿਆ ਇੰਨੀ ਹੈਰਾਨ ਹੋਈ ਮੈਂ ਮਤਲਬ ਮੈਂ ਜ਼ਿਆਦਾਤਰ ਤੈਨੂੰ ਇਸ ਤਰ੍ਹਾਂ ਮੁਖਾਤਬ ਕਰਨਾ ਹਾਂ ਨਾ ਜਿਹੜਾ ਵੀ ਬੈਠਾ ਹੋਵੇ ਬੇਗਮ ਹੀ ਕਹਿਣਾ ਹੁੰਦਾ ਘਰ ਦੇ ਵਿੱਚ ਕਦੀ ਵੀ ਬੁੱਢੀ ਨੀ ਆਖਿਆ ਬੁੱਢੀ ਸੋਨੂ ਵਾਲੇ ਵੀ ਹੈ ਨੇ ਚੰਦਾ ਵਾਲੇ ਵੀ ਹੈ ਨੇ ਬੜੇ ਮਤਲਬ ਜਿਹੜੇ ਨੇ ਲੇਕਿਨ ਇਹ ਹੈ ਕਿ ਚੰਦਾ ਜਾਨੀ ਵਾਲੇ ਵੀ ਹੈ ਨੇ ਚੰਦਾ ਜਾਨੀ 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 ਵਾਲੇ ਵੀ ਹੈ ਨੇ ਮਤਲਬ ਹੈ ਨੇ ਕੀ ਮਤਲਬ ਕਿ ਬੰਦਾ ਹੁਣ ਔਨ ਰਿਕਾਰਡ ਜਾਂ ਕਿ ਉਹਦੇ ਤੋਂ ਰਿਕਾਰਡਿੰਗ ਕੈਜੂਅਲ ਮੂਡ ਦੇ ਉੱਤੇ ਡਿਪੈਂਡ ਕਰਦਾ ਤੁਸੀਂ ਕਿਸ ਮੂਡ ਦੇ ਵਿੱਚ ਹੋ ਉਦੋਂ ਫਿਰ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਬੰਦੇ ਦਾ ਸਰ ਤੁਸੀਂ ਪੰਜਾਬੀ ਬੋਲਦੇ ਹੋ ਨਾ ਤੁਹਾਨੂੰ ਜ਼ਿਆਦਾ ਜ਼ਿਆਦਾ ਅਲਫਾਜ਼ ਇਸਤੇਮਾਲ ਕਰਨੇ ਚਾਹੀਦੇ ਜਿਵੇਂ ਮੈਂ ਬੇਗਮ ਕਹਿ ਲਿਆ ਜਾਂ ਬੁੱਢੀ ਕਹਿ ਲਿਆ ਤੁਸੀਂ ਜ਼ਿਆਦਾ ਜ਼ਿਆਦਾ ਬੋਲ ਲਓ ਕਿਉਂਕਿ ਤੁਸੀਂ ਪੰਜਾਬੀ ਚੈਨਲ 'ਤੇ ਬੈਠੇ ਹੋ ਅਤੇ ਪੰਜਾਬੀ 'ਚ ਹੀ ਗੱਲ ਕਰ ਰਹੇ ਹੋ ਅਤੇ ਜ਼ਿਆਦਾ ਤੋਂ ਜ਼ਿਆਦਾ ਲਫ਼ਜ਼ ਐਕਸਪਲੋਰ ਕਰ ਲਓ ਤੁਸੀਂ ਇਹਦੇ ਵਿੱਚ ਕੋਈ ਹਰਜ ਤਾਂ ਕੋਈ ਨਹੀਂ ਮੈਂ ਤਾਂ ਇੱਕ ਸੈਗਮੈਂਟ ਦਾ ਵੀ ਸੋਚਿਆ ਸੀ ਮੈਂ ਕਿਹਾ ਇੱਕ ਸੈਗਮੈਂਟ ਰੱਖਿਆ ਜਾਵੇ ਕਿ ਜਿਵੇਂ ਹੁਣ ਕੋਈ ਵੀ ਵਰਡ ਆ ਉਹਨੂੰ ਤੁਸੀਂ ਕੀ ਆਉਂਦੇ ਹੋ ਆਪਾਂ ਪੁੱਛਿਆ ਜਾਵੇ ਕਿ ਆਪਾਂ ਨੂੰ ਹੁਣ ਆਪਣੇ ਜਿਹੜੇ ਵੀਵਰ ਨੇ ਆਪਣੇ ਭਰਾ ਆਪਣੀਆਂ ਫੈਮਲੀਆਂ ਆਪਾਂ ਨੂੰ ਵੇਖਦੇ ਨੇ ਪਿਆਰ ਕਰਦੇ ਨੇ ਇੰਨੀ ਰਿਸਪੈਕਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਆਪਾਂ ਇਹ ਵੀ ਉਹਨਾਂ ਕੋਲੋਂ ਪੁੱਛ ਸਕਦੇ ਹਾਂ ਕਿ ਮਾਝਾ ਮਾਲਵਾ ਦੁਆਬਾ ਮਤਲਬ ਜਿਹੜੇ ਵੀ ਐਕਸੈਂਟ ਡਿਫਰੈਂਟ ਨੇ ਜਿੱਥੋਂ ਵੀ ਵੇਖਣ ਡੇ ਹੋ ਉਸ ਚੀਜ਼ ਨੂੰ ਕਿਸ ਵਰਡ ਨਾਲ ਪ੍ਰੋਨਾਊਂਸ ਕਰਦੇ ਨੇ ਮਤਲਬ ਕਿਵੇਂ ਪ੍ਰੋਨਾਊਂਸ ਕਰਦੇ ਨੇ ਜਿਵੇਂ ਆਪਾਂ ਅੱਗੇ ਲਾਚੇ ਦੀ ਗੱਲ ਕਰਨ ਡੇ ਸਾਂ ਤਹਿਮਤ ਦੀ ਕਰਨ ਡੇ ਸਾਂ ਤੋਤੀ ਕਹਿ ਸਕਦੇ ਹੋ ਠੀਕ ਹੈ ਚਾਦਰਾ ਕਹਿ ਸਕਦੇ ਹੋ
ਇਵੇਂ ਹੀ ਆਪਾਂ ਕੋਈ ਵਰਡ ਜਿਵੇਂ ਆਪਾਂ ਬੂਹਾ ਵਰਡ ਯੂਜ਼ ਕਰਨੇ ਆ, ਦਰਵਾਜ਼ਾ ਵੀ ਕਰ ਲਈਦਾ ਹੈ, ਤੇ ਹੋਰ ਕੀ ਵਰਡ ਯੂਜ਼ ਹੋ ਸਕਦਾ ਬੂਹੇ ਵਾਸਤੇ? ਦਰ ਵੀ ਇਸ ਤਰ੍ਹਾਂ ਕਿ ਦਰ ਆਉਂਦੇ ਨੇ, ਦਰ ਵੀ ਆ ਆਪਣੇ ਇੱਧਰ ਲਹਿੰਦੇ ਪੰਜਾਬ 'ਚ ਵੀ ਕਾਫੀ ਲਫ਼ਜ਼ ਨੇ, ਹਰ ਇਲਾਕੇ ਦਾ ਡਿਫਰੈਂਟ ਐਕਸੈਂਟ ਹੈ, ਡਿਫਰੈਂਟ ਅਲਫਾਜ਼ ਯੂਜ਼ ਹੁੰਦੇ ਨੇ, ਤੇ ਤਾਕੀ 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 ਵਰਡ ਕਿਤੇ ਤਾਕੀ ਮੇਰਾ ਤਾਕੀ ਵਿੰਡੋ ਵਾਸਤੇ ਯੂਜ਼ ਹੁੰਦਾ ਨਾ, ਤਾਕੀ ਬੰਦ ਕਰ ਦੋ। ਚਲੋ ਬਾਕੀ ਵਾਵਾ ਲੰਮੀ ਹੋ ਗਈ ਹੈ ਵੀਡੀਓ, ਤੇ ਗਿੱਲ ਸਾਹਿਬ ਗੁੱਸਾ ਨਾ ਕਰਿਓ ਭਰਾ ਹੋ ਤੁਸੀਂ ਆਪਣੇ। ਬਾਕੀ ਇਹ ਹੈ ਕਿ ਅਸੀਂ ਕਦੀ ਵੀ ਮਤਲਬ ਇਹਨਾਂ ਦੀ ਉਹ ਆਉਂਦੇ ਨਾ ਸ਼ਾਨ 'ਚ ਗੁਸਤਾਖੀ ਨਹੀਂ ਕੀਤੀ ਕਦੀ ਵੀ। ਵੇਖੋ ਜੀ ਆਪਾਂ ਵੀ ਇੱਥੇ ਰਹਿਣਾ, ਤੁਸੀਂ ਵੀ ਸੇਬ ਵਾਲੇ ਹੋ, ਅਸੀਂ ਵੀ ਸੇਬ ਵਾਲੇ ਹਾਂ। ਕੱਲ੍ਹ ਆਪਾਂ ਇੱਕ ਵੀਡੀਓ ਵੇਖਿਆ ਸੀ, ਅਤੇ ਬਾਕੀ ਆਪਾਂ ਹੁਣ ਅਗਲੇ ਵੀਡੀਓ 'ਚ ਆਉਂਦੇ ਹਾਂ ਵਾਪਸ। ਰੱਖੋ ਆਪਣਾ ਖਿਆਲ।